ਪਿਆਰੇ ਬੱਚਿਓ ਅੱਜ ਅਸੀਂ ਪੰਜਵੀਂ ਸ਼੍ਰੇਣੀ ਦਾ ਵਿਸ਼ਾ ਪੰਜਾਬੀ ਦਾ ਪਾਠ ਨੰਬਰ 3 ਬਾਰਾ ਮਹਾ ਪੜਾਂਗੇ ਬੱਚਿਓ ਇਹ ਇੱਕ ਕਵਿਤਾ ਹੈ ਜੋ ਕਿ ਮਹਿੰਦਰ ਸਿੰਘ ਮਾਨੂਪੁਰੀ ਜੀ ਨੇ ਲਿਖੀ ਹੋਈ ਹੈ ਬੱਚੇ ਬਹੁਤ ਹੀ ਮਜ਼ੇਦਾਰ ਕਵਿਤਾ ਹੈ ਇਹ ਇਸ ਕਵਿਤਾ ਵਿੱਚ ਬਾਰਾ ਮਹਾ ਮਤਲਬ ਦੇਸੀ ਜਿਹੜੇ ਮਹੀਨੇ ਐ ਉਹਨਾਂ 12 ਮਹੀਨਿਆਂ ਬਾਰੇ ਦੱਸਿਆ ਗਿਆ ਹੈ ਬੱਚਿਓ ਜਿਹੜੇ ਸਾਡੇ ਬਜ਼ੁਰਗ ਹੈ ਉਹ ਇਹਨਾਂ ਮਹੀਨਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਸੀ ਲੈਕਿਨ ਅਸੀਂ ਇਹਨਾਂ ਮਹੀਨਿਆਂ ਬਾਰੇ ਜ਼ਿਆਦਾ ਨਹੀਂ ਜਾਣਦੇ ਅਸੀਂ ਅੰਗਰੇਜ਼ੀ ਮਹੀਨੇ ਕਹੋ ਜਿਵੇਂ ਜਨਵਰੀ ਫਰਵਰੀ ਸਾਨੂੰ ਇਹਨਾਂ ਬਾਰੇ ਜ਼ਿਆਦਾ ਪਤਾ ਹੈ ਲੇਕਿਨ ਦੇਸੀ ਮਹੀਨੇ ਬਾਰੇ ਪਤਾ ਨਹੀਂ ਹੈ ਬੱਚਿਓ ਸਨੋ ਇਹਨਾਂ ਮਹੀਨਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਅੱਜ ਉਹੀ ਅਸੀਂ ਪੜਾਂਗੇ ਆਓ ਬੱਚੇ ਸ਼ੁਰੂ करिए ਹਾਂ 12 ਮਹਾ 12 ਮਹਾ ਮਤਲਬ ਬੱਚਿਓ ਦੇਸੀ 12 ਮਹੀਨੇ ਆਓ ਬੱਚੇ ਸ਼ੁਰੂ करिए ਬਾਰਾ ਮਹਾ ਬੱਚਿਓ ਬਾਰਾ ਮਹਾ ਬਾਰਾ ਮਹਾ ਸੁਣ ਲੋ ਬਾਰਾ ਮਹਾ ਜੀਤ ਮਹੀਨਾ ਛੜਦਾ ਹੈ ਕਣਕੀ ਸੋਨਾ ਮੜਦਾ ਹੈ ਵਿਸਾਖ ਵਿਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਜੀਤ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਆਂ ਦਾ ਹਾੜ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ ਸਾਉਣ ਸਿ ਬਦਲ ਬਸਦੇ ਨੇ ਅੰਬ ਜਮੂਏ ਰਸਤੇ ਨੇ ਬਾਰਾਮਹਾ ਬੱਚਿਓ ਬਾਰਾਮਹਾ ਬਾਰਾਮਹਾ ਸੁਣੋ ਬਾਰਾਮਹਾ ਪਦੋਂ ਪਦੋਂ ਦੁਪਾ ਕਰਦੀਆਂ ਚੜੀਆਂ ਕੇ ਕੇ ਪੈਰਦੀਆਂ ਅਸੂ ਮਾ ਨਿਰਾਲਾ ਹੈ ਨਾ ਗਰਮੀ ਨਾ ਪਾੜਾ ਹੈ ਕੱਤਕ ਵੰਡੇ ਚਾਨਣੀਆਂ ਰਾਤਾਂ ਨੂੰ ਵੈ ਮਾਨਣੀਆਂ ਮੰਗਰ ਨੂੰ ਗੜ ਲਾਉਂਦੇ ਹਾਂ ਕੋਟਸ ਵੈ ਟਰ ਪਾਉਂਦੇ ਹਾਂ ਬਾਰਾ ਮਹਾ ਬੱਚਿਓ ਬਾਰਾ ਮਹਾ ਬਾਰਾ ਮਹਾ ਸੁਣ ਲੋ ਬਾਰਾ ਮਹਾ ਕੋ ਵਿੱਚ ਪਾਰਾ ਕੇ ਸੀ ਦਾ ਸੂਨੀ ਲਾਲਾ ਸੇ ਕੀ ਦਾ ਬਾਗ ਨਜ਼ਾਰੇ ਤੂਫਾਨ ਦੇ ਤੇ ਚੜਦੇ ਦੁੱਖਾਂ ਦੇ ਫੱਗਰ ਫੁੱਲ ਕਿੜਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ ਪਾਰਾ ਮਹਾ ਪਰਦੇ ਜੋ ਗੱਲ ਸਿਆਣੀ ਕਰਦੇ ਓਹ ਹਾਂ ਬੱਚਿਓ ਏਸੀ ਸਾਡੀ ਕਵਿਤਾ ਆ ਇਸ ਦੀ ਅਸੀਂ ਥੋੜੀ ਵਿਆਖਿਆ ਕਰ ਲਈਏ ਹਾਂ ਕਵੀ ਕਹਿ ਰਿਹਾ ਬੱਚਿਓ ਚੇਤ ਮਹੀਨਾ ਆਪਣੇ ਦੇਸੀ ਮਹੀਨੇ ਵਿੱਚ ਜਿਹੜਾ ਚੇਤ ਮਹੀਨਾ ਹੈ ਉਹ ਸਭ ਤੋਂ ਪਹਿਲਾ ਮਹੀਨਾ ਹੈ ਜਿਵੇਂ ਅੰਗਰੇਜ਼ੀ ਮਹੀਨੇ ਵਿੱਚ ਜਨਵਰੀ ਮਹੀਨਾ ਪਹਿਲਾ ਮਹੀਨਾ ਹੁੰਦਾ ਹੈ ਇਸੇ ਤਰ੍ਹਾਂ ਦੇਸੀ ਮਹੀਨਿਆਂ ਵਿੱਚ ਚੇਤ ਮਹੀਨਾ ਪਹਿਲਾ ਮਹੀਨਾ ਹੁੰਦਾ ਹੈ ਕਵੀ ਕਹਿੰਦਾ ਹੈ ਜਦੋਂ ਚੇਤ ਮਹੀਨਾ ਚੜਦਾ ਹੈ ਜੋ ਸਾਡੀ ਕਣਕਾਂ ਹਨ ਉਹ ਸੋਨੇ ਰੰਗ ਵਰਗੀਆਂ ਹੋ ਜਾਂਦੀਆਂ ਹਨ ਮਤਲਬ ਪੱਕ ਜਾਂਦੀਆਂ ਹਨ ਵਿਸਾਖ ਵਿਸਾਖੀ ਨਾਉਂਦੇ ਹਾਂ ਵਿਸਾਖ ਮਹੀਨੇ ਵਿੱਚ ਅਸੀਂ ਅ ਵਿਸਾਖੀ ਨਾਉਂਦੇ ਆ ਮਤਲਬ ਕਿਸ ਸਰੋਵਰ ਵਿੱਚ ਜਾ ਕੇ ਅਸੀਂ ਸਨਾਨ ਕਰਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਆ ਉਸ ਮਹੀਨੇ ਵਿਸਾਖ ਦੇ ਮਹੀਨੇ ਵਿੱਚ ਅਸੀਂ ਦਾਣੇ ਘਰ ਵਿੱਚ ਲਿਆਉਂਦੇ ਆ ਫਸਲ ਪੱਕ ਜਾਂਦੀ ਹੈ ਤੇ ਸ ਦਾਣੇ ਸਾਡੇ ਘਰ ਵਿੱਚ ਆ ਜਾਂਦੇ ਹਨ ਜੇਠ ਮਹੀਨਾ ਲੂਹਾ ਦਾ ਪਾਣੀ ਸੁੱਕਦਾ ਖੂਹਾਂ ਦਾ ਜੇਠ ਮਹੀਨੇ ਬਹੁਤ ਗਰਮੀ ਹੁੰਦੀ ਹੈ ਲੂਹਾ ਚੱਲਦੀਆਂ ਹਨ ਬੱਚਿਓ ਤੇ ਉਸ ਵੇਲੇ ਕੀ ਹੁੰਦਾ ਹੈ ਖੂਹਾਂ ਦਾ ਪਾਣੀ ਵੀ ਸੁੱਕ ਜਾਂਦਾ ਹੈ ਹਾੜ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ ਹਾੜ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਅਸੀਂ ਬਾਹਰ ਨਹੀਂ ਨਿਕਲ ਪਾਉਂਦੇ ਤੇ ਅਸੀਂ ਅੰਦਰ ਹੀ ਰਹਿੰਦੇ ਹਾਂ ਘਰ ਦੇ ਅੰਦਰ ਹੀ ਰਹਿੰਦੇ ਹਾਂ ਸੌਣ ਚ ਬੱਦਲ ਵਸਦੇ ਨੇ ਅੰਬ ਜਮੋਏ ਰਸਦੇ ਹਨ ਰਸਦੇ ਨੇ ਉਹ ਜੋ ਸੌਣ ਮਹੀਨਾ ਕਿਹੜਾ ਹੁੰਦਾ ਮੀਂਹ ਵਾਲਾ ਮਹੀਨਾ ਹੁੰਦਾ ਹੈ ਤੇ ਸੌਣ ਦੇ ਮਹੀਨੇ ਵਿੱਚ ਬੱਦਲ ਵਸਦੇ ਨੇ ਮਤਲਬ ਬਹੁਤ ਮੀਂਹ ਪੈਂਦਾ ਹੈ ਤੇ ਇਸ ਮਹੀਨੇ ਅੰਬ ਜਮੋਏ ਵਰਗੇ ਫਾਲ ਜਿਵੇਂ ਜਾਮਣ ਰਸ ਦੇਣੇ ਇਸ ਮਤਲਬ ਇਹ ਫਾਲ ਸਾਨੂੰ ਮਿਲਦੇ ਹਨ ਅੱਗੇ ਬੱਚਿਓ ਭਾਦੋਂ ਧੁੱਪਾਂ ਕਹਿਰ ਦੀਆਂ ਝੜੀਆਂ ਕਈ ਕਈ ਤਹਿਰ ਦੀਆਂ ਭਾਦੋਂ ਮਹੀਨੇ ਵੇਲੇ ਧੁੱਪ ਹੈ ਉਹ ਬਹੁਤ ਮੁਸੀਬਤ ਵਾਲੀਆਂ ਹੁੰਦੀਆਂ ਹਨ ਤੇ ਝੜੀਆਂ ਕਈ ਕਈ ਪਹਿਰ ਦੀਆਂ ਕਿ ਕਈ ਕਈ ਪਹਿਰ ਝੜੀਆਂ ਲੱਗੀਆਂ ਰਹਿੰਦੀਆਂ ਹਨ ਪਹਿਰ ਕੀ ਹੁੰਦਾ ਬੱਚਿਓ ਪਹਿਰ ਹੁੰਦਾ 3 ਘੰਟੇ ਮਤਲਬ 24 ਘੰਟਿਆਂ ਦਾ 8ਵਾਂ ਹਿੱਸਾ ਤਹਿਰ ਨੂੰ ਕਹਿੰਦੇ ਆਪਾਂ 3 ਘੰਟੇ ਮਿਲ ਤਿੰਨ ਤਿੰਨ ਘੰਟੇ ਚੜੀਆਂ ਮਤਲਬ ਮੀਂਹ ਪੈਂਦਾ ਰਹਿੰਦਾ ਹੈ ਅੱਸੂ ਮਾ ਨਿਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਅੱਸੂ ਦਾ ਮਹੀਨਾ ਬਹੁਤ ਹੀ ਚੰਗਾ ਹੁੰਦਾ ਹੈ ਨਾ ਉਸ ਮਹੀਨੇ ਨਾ ਤਾਂ ਗਰਮੀ ਹੁੰਦੀ ਜਿਆਦੇ ਤੇ ਨਾ ਹੀ ਪਾਲਾ ਹੁੰਦਾ ਹੈ ਕਤਕ ਵੰਡੇ ਚਾਨਣੀਆਂ ਰਾਤਾਂ ਨੂੰ ਵੈ ਮਾਨਣੀਆਂ ਬੱਚੋ ਕਤਕ ਮਹੀਨੇ ਰਾਤ ਨੂੰ ਚਾਨਣੀਆਂ ਚਾਨਣੀ ਬਹੁਤ ਹੁੰਦੀ ਹੈ ਚੰਦਰਾ ਮਾਦੀ ਦੀ ਰੋਸ਼ਨੀ ਬਹੁਤ ਹੁੰਦੀ ਹੈ ਤੇ ਅਸੀਂ ਲੋਕੀ ਰਾਤਾਂ ਨੂੰ ਬੈ ਬੈ ਕੇ ਮਜ਼ੇ ਕਰਦੇ ਹਨ ਮੱਗਰ ਨੂੰ ਗੜ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਬੱਚੇ ਜਦੋਂ ਮੱਗਰ ਮਹੀਨਾ ਆ ਜਾਂਦਾ ਹੈ ਤਾਂ ਥੋੜੀ ਠੰਡ ਹੋ ਜਾਂਦੀ ਹੈ ਤੇ ਲੋਕੀ ਕੋਟ ਤੇ ਸਵੈਟਰ ਪਾਉਣੇ ਲੱਗ ਪੈਂਦੇ ਹਨ ਪੋ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸੇਕੀ ਦਾ ਪੋ ਮਹੀਨੇ ਵਿੱਚ ਬੱਚਿਓ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਸਾਨੂੰ ਖੇਸੀ ਲੈਣੀ ਪੈ ਜਾਂਦੀ ਹੈ ਖੇਸੀ ਮਤਲਬ ਜੋ ਕੰਬਲ ਹੁੰਦਾ ਹੈ ਧੋਣੀਆਂ ਲਾਲਾ ਸੇਕੀ ਦਾ ਧੋਣੀਆਂ ਲਾਲਾ ਸੇਕੀ ਦਾ ਮਤਲਬ ਕਿ ਲੱਕੜਾ ਨੂੰ ਆਗ ਬਾਲ-ਬਾਲ ਕੇ ਅਸੀਂ ਆਪਣੀ ਠੰਡ ਨੂੰ ਦੂਰ ਭਜਾਉਂਦੇ ਹਾਂ ਮਾਗ ਨਜ਼ਾਰੇ ਤੁਪਾਂ ਦੇ ਪੱਤੇ ਚੜਦੇ ਰੁੱਖਾਂ ਦੇ ਤੇ ਮਾਗ ਦੇ ਮਹੀਨੇ ਵਿੱਚ ਧੁੱਪਾਂ ਬਹੁਤ ਚੰਗੀਆਂ ਲੱਗਦੀਆਂ ਹਨ ਤੇ ਪੌਦਿਆਂ ਦੇ ਜਿਹੜੇ ਪੱਤੇ ਹੈ ਉਹ ਵੀ ਝੜ ਜਾਂਦੇ ਹਨ ਫੱਗਣ ਫੁੱਲ ਖੜਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ ਫੱਗਣ ਦੇ ਮਹੀਨੇ ਬਹੁਤ ਫੁੱਲ ਖਿੜੇ ਹੁੰਦੇ ਹਨ ਚਾਰੋਂ ਪਾਸੇ ਫੁੱਲੀ ਫੁੱਲ ਨਜ਼ਰ ਆਉਂਦੇ ਹਨ ਤੇ ਸਭ ਦੇ ਮਨ ਨੂੰ ਚੰਗੇ ਲੱਗਦੇ ਹਨ 12 ਮਹਾ ਪੜਦੇ ਜੋ ਗੱਲ ਸਿਆਣੀ ਕਰਦੇ ਉਹ ਕਵੀ ਕਹਿੰਦੇ ਹਨ ਕਿ ਜਿਹੜੇ ਇਹਨਾਂ 12 ਮਹੀਨਿਆਂ ਬਾਰੇ ਪੜਦੇ ਹਨ ਉਹ ਲੋਕੀ ਸਿਆਣੀ ਗੱਲ ਕਰਦੇ ਹਨ ਸਮਝਦਾਰੀ ਵਾਲੀ ਗੱਲ ਕਰਦੇ ਹਨ ਆ ਬੱਚਿਓ ਅੱਗੇ ਆਪਾਂ ਔਖੇ ਸ਼ਬਦਾਂ ਦੇ ਅਰਥ ਪੜ੍ਹੀਏ ਲੂਹਾ ਲੂਹਾ ਹੁੰਦਾ ਬੱਚਿਓ ਗਰਮ ਹਵਾਵਾਂ ਜਮੋਏ ਜਮੋਏ ਜਾਮਣ ਦੇ ਫਲ ਦੀ ਕਿਸਮ ਜਾਮਣ ਦੇ ਫਲ ਵਰਗੇ ਹੁੰਦੇ ਆ ਇਹ ਝੜੀਆਂ ਝੜੀਆਂ ਹੁੰਦਾ ਬੱਚਿਓ ਲਗਾਤਾਰ ਪੈਣ ਵਾਲਾ ਮੀਂਹ ਪੈਰ ਪੈਰ ਹੁੰਦਾ ਬੱਚਿਓ 24 ਘੰਟਿਆਂ ਦਾ 8ਵਾਂ ਹਿੱਸਾ ਮਤਲਬ ਕਹਿ ਲਓ 8 ਸ+3 ਘੰਟੇ ਹੋਗੇ ਨਿਰਾਲਾ ਨਿਰਾਲਾ ਹੁੰਦਾ ਵੱਖਰਾ ਅਨੋਖਾ ਬਾਰਾਮਹਾ 12 ਮਾਹ ਹੁੰਦਾ 12 ਮਹੀਨੇ ਵਸਦੇ ਵਸਦੇ ਮਤਲਬ ਵਰਦੇ ਕਹਿਰ ਮੁਸੀਬਤ ਮਾ ਮਹੀਨਾ ਪਾਉਂਦਾ ਚੰਗਾ ਲੱਗਦਾ ਮਨ ਨੂੰ ਚੰਗਾ ਲੱਗਦਾ ਹਾਂ ਬੱਚਿਓ ਇੱਕ ਸਾਲ ਵਿੱਚ 12 ਦੇਸੀ ਮਹੀਨੇ ਹੁੰਦੇ ਹਨ ਲੋਹੜੀ ਪੋ ਮਹੀਨੇ ਦੇ ਆਖਰੀ ਦਿਨ ਮਨਾਈ ਜਾਂਦੀ ਹੈ ਮਾਗੀ ਦਾ ਮੇਲਾ ਸ਼੍ਰੀ ਮੁਕਸਰ ਸਾਹਿਬ ਵਿਖੇ ਲੱਗਦਾ ਹੈ ਬੱਚਿਓ ਦੇਸੀ ਮਹੀਨਿਆਂ ਵਿੱਚ ਚੇਤ ਪਹਿਲਾ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ ਹਾਂ ਬੱਚਿਓ ਅੱਗੇ ਅਭਿਆਸ ਹੈ ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ਬੱਚਿਓ ਵਿਸਾਖ ਵਿੱਚ 12 ਮਹਾ ਦਾ ਕੀ ਹੈ ਕੀ ਭਾਵ ਬੱਚਿਓ ਪਹਿਲੇ ਦੱਸਿਆ ਤੁਹਾਨੂੰ ਮੈਂ 12 ਮਾਤ ਮਤਲਬ 12 ਮਹੀਨੇ ਦੇਸੀ 12 ਮਹੀਨੇ 12 ਦੇਸੀ ਮਹੀਨੇ ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਪਾਉਂਦਾ ਹੈ ਕਿਉਂ ਪਾਉਂਦਾ ਬੱਚਿਓ ਕਿਉਂਕਿ ਹਰ ਪਾਸੇ ਫੁੱਲ ਖਿੜੇ ਹੁੰਦੇ ਹਨ ਕਿਉਂਕਿ ਇਸ ਮਹੀਨੇ ਹਰ ਪਾਸੇ ਫੁੱਲ ਖਿੜੇ ਖਿੜ ਜਾਂਦੇ ਹਨ ਬੱਚਿਓ ਤੇ ਔਂਕੜ ਲਗਾ ਲਿਓ ਹਾਂ ਕਵਿਤਾ ਨੂੰ ਗਾ ਕੇ ਬੱਚਿਓ ਗਾਣ ਦਾ ਅਭਿਆਸ ਕਰੋ ਕਵਿਤਾ ਨੂੰ ਨੈਕਸਟ ਹੈ ਬੱਚਿਓ ਕਵਿਤਾ ਵਿੱਚੋਂ ਹੀਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਬੱਚੇ ਦਾ ਪੈਰਾ ਹੈਗਾ ਅਸੂ ਮਾਨਿਰਾਲਾ ਹੈ ਧੂਣੀਆਂ ਲਾਲਾ ਸੀ। ਆ ਬੱਚਾ ਆ ਹੈਗਾ ਪੈਰਾ ਦੇਖੋ ਆਹ ਅਸੂ ਮਾਨਿਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਕਤਕ ਵੰਡੇ ਚਾਨਣੀਆਂ ਰਾਤਾਂ ਨੂੰ ਬਹਿਮਾਨਣੀਆਂ ਮੱਗਰ ਨੂੰ ਗੜ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਪੋ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸੀ। ਇੱਥੋਂ ਸ਼ੁਰੂ ਹੋਇਆ ਤੇ ਇੱਥੋਂ ਖਤਮ ਹੋਇਆ। ਪਹਿਲੀ ਲਾਈਨ ਤੇ ਲਾਸਟ ਲਾਈਨ। ਇਹਦੇ ਵਿੱਚੋਂ ਅਸੀਂ ਆ ਪ੍ਰਸ਼ਨ ਪੁੱਛੇ ਹੈ। ਤੇ ਇਹੀ ਅਸੀਂ ਇਹਦੇ ਵਿੱਚੋਂ ਸਾਨੂੰ ਆਨਸਰ ਉੱਤਰ ਮਿਲ ਜਾਣੇ ਆ ਅਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ਬੱਚਿਓ ਦੇਖਿਓ ਲਿਖਿਆ ਨਾ ਅਸੂ ਮਹੀਨਾ ਨਿਰਾਲਾ ਨਾ ਗਰਮੀ ਨਾ ਪਾਲਾ ਹੈ ਮਤਲਬ ਅਸੂ ਮਹੀਨੇ ਨਾ ਗਰਮੀ ਹੁੰਦੀ ਹੈ ਨਾ ਪਾਲਾ ਹੁੰਦਾ ਹੈ ਕੀ ਲਿਖਾਂਗੇ ਅਸੂ ਮਹੀਨੇ ਵਿੱਚ ਨਾ ਬਹੁਤੀ ਗਰਮੀ ਅਤੇ ਨਾ ਹੀ ਬਹੁਤਾ ਪਾਲਾ ਹੁੰਦਾ ਹੈ ਅਸੀਂ ਕਿਸ ਮਹੀਨੇ ਚਾਨਣੀ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਬੱਚਿਓ ਆ ਲਿਖਿਓ ਕਤਕ ਵੰਡੇ ਚਾਨਣੀਆਂ ਰਾਤਾਂ ਨੂੰ ਵੈ ਮਨ ਮਾਣਨੀਆਂ ਤੇ ਅਸੀਂ ਕੀ ਲਿਖਾਂਗੇ ਬੱਚਿਓ ਅਸੀਂ ਕਤਤਕ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਅੱਗੇ ਵਿੱਚੋਂ ਤੀਸਰਾ ਸਵਾਲ ਹੈ ਇਸੇ ਪੈਰੇ ਵਿੱਚੋਂ ਆਪਾਂ ਉੱਤਰ ਲੱਭਣੇ ਹਨ ਕੋਟ ਸਵੈਟਰ ਕਿਸ ਮਹੀਨੇ ਪਾਏ ਜਾਂਦੇ ਵਿੱਚੋਂ ਲਿਖਿਆ ਨਾ ਦੇਖੋ ਆ ਮੱਗਰ ਨੂੰ ਗੜ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਮਤਲਬ ਮੱਗਰ ਦੇ ਮਹੀਨੇ ਕੀ ਲਿਖਾਂਗੇ ਆਪਾਂ ਮੱਗਰ ਦੇ ਮਹੀਨੇ ਵਿੱਚ ਕੋਟ ਸਵੈਟਰ ਪਾਏ ਜਾਂਦੇ ਹਨ ਪੋਹ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ ਆ ਦੇਖੋ ਬੱਚਿਓ ਪੋਹ ਵਿੱਚ ਪਾਲਾ ਖੇਸੀ ਦਾ ਧੋਣੀਆਂ ਲਾਲਾ ਸੇਕੀ ਦਾ ਇਤੋਂ ਉੱਤਰ ਮਿਲੇਗਾ ਸਾਨੂੰ ਤੇ ਪੋਹ ਮਹੀਨੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਜਿਸ ਕਾਰਨ ਸਾਨੂੰ ਖੇਸੀ ਲੈਣੀ ਪੈਂਦੀ ਹੈ ਖੇਸੀ ਬੱਚਿਓ ਕੰਬੜ ਹਾਂ ਬੱਚਿਓ ਦੇਸੀ ਮਹੀਨੇ ਨਾਲ ਲਿਖਨੇ ਆਪ ਆਪਣਾ ਚੇਤ ਪਹਿਲਾ ਮਹੀਨਾ ਹੁੰਦਾ ਹੈ ਅਗਲਾ ਹੈ ਬੱਚਿਓ ਵਿਸਾਖ ਜੇਠ ਹਾੜ ਸਾਵਣ ਪਾਦੋਂ ਅਸੂ ਕਤਕ ਮੱਗਰ ਪੋ ਮਾਗ ਅਤੇ ਫੱਗਣ ਤੇ ਸਭ ਤੋਂ ਪਹਿਲਾ ਮਹੀਨਾ ਦੇਸੀ ਮਹੀਨਾ ਹੁੰਦਾ ਹੈ ਚੇਤ ਤੇ ਲਾਸਟ ਵਾਲਾ ਹੁੰਦਾ ਹੈ ਫੱਗਣ ਇਹਨੂੰ ਚੰਗੀ ਤਰ੍ਹਾਂ ਬੱਚੋ ਯਾਦ ਕਰ ਲਓ ਇੱਕੋ ਹੀ ਸਾਹ ਬੋਲਣ ਦੀ ਪ੍ਰੈਕਟਿਸ ਕਰੋ ਜਿਵੇਂ ਚੇਤ ਵਿਸਾਖ ਜੇਟ ਹਾਰਡ ਸਾਵਣ ਪਾਦੋਂ ਅਸੂ ਕਤਕ ਮੱਗਰ ਪੋ ਮਾਗ ਫੱਗਣ ਅਸੀਂ ਬਾਰ ਬਾਰ ਪੜਾਂਗੇ ਸਾਨੂੰ ਯਾਦ ਹੋ ਜਾਣੇ ਆ ਬੱਚੋ ਦੇਸੀ ਮਹੀਨੇ ਸਾਨੂੰ ਹਰ ਇੱਕ ਬੱਚੇ ਨੂੰ ਯਾਦ ਹੋਣੀ ਚਾਹੀਦੀ ਹੈ ਹਾਂ ਵਿੱਚ ਸਤਰਾ ਪੂਰੀਆਂ ਕਰਨੀਆਂ ਹਨ ਵਿਸਾਖ ਵਿਸਾਖੀ ਨਾਉਂਦੇ ਹਾਂ ਅਗ ਕੀ ਆਏਗਾ ਦਾਣੇ ਘਰ ਵਿੱਚ ਲਿਆਉਂਦੇ ਹਾਂ ਪਾਦੋਂ ਤੁਪਾਂ ਕੈਰਦੀਆਂ ਅਗ ਕੀ ਆਏਗਾ ਝੜੀਆਂ ਕਈ ਕਈ ਪੈਰਦੀਆਂ ਪੋ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸੇਕੀ ਦਾ ਫਗਣ ਫੁੱਲ ਖੜਾਉਂਦਾ ਹੈ ਸਭ ਦੇ ਮਨ ਨੂੰ ਭਾਉਂਦਾ ਹੈ ਅੱਗੇ ਬੱਚਿਓ ਰੁੱਤਾਂ ਦੇ ਨਾਮ ਲਿਖਨੇ ਹੈ ਸੀਜ਼ਨਸ ਹਾਂ ਕਿਹਾ ਹੈ ਬੱਚਿਓ ਪਹਿਲੀ ਗਰਮੀ ਹੋ ਗਈ ਸਰਦੀ ਬਸੰਤ ਤੇ ਬਰਕਰਤ ਪਤਝੜ ਵੀ ਲਿਖ ਸਕਦੇ ਹੋ ਬੱਚਿਓ ਨਾਲ ਤੁਸੀਂ ਏਸੀ ਸਾਡੀਆਂ ਰੁੱਤਾਂ ਮੌਸਮ ਹਾਂ ਬੱਚੋ ਅੱਗੇ ਹੈ ਦੇਸੀ ਮਹੀਨੇ ਜਿਹਨਾਂ ਅੰਗਰੇਜ਼ੀ ਮਹੀਨਿਆਂ ਵਿੱਚ ਆਉਂਦੇ ਹਨ ਉਹਨਾਂ ਦਾ ਮਿਲਾਨ ਕਰੋ ਬੱਚੋ ਇਹ ਮਤਲਬ ਜਿੱਦਾਂ ਕਹਿ ਲਓ ਜਿੱਦਾਂ ਸੰਗਰਾਦ ਹੁੰਦੀ ਹੈ ਤੇ ਸੰਗਰਾਦ ਨੂੰ ਕੀ ਹੁੰਦਾ ਬੱਚੋ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ ਤੇ ਇਹ ਲਗਭਗ 14 15 16 ਤਰੀਕ ਮਹੀਨੇ ਦੀ ਹੁੰਦੀ ਹੈ ਤੇ ਮਤਲਬ ਅੱਧਾ ਮਹੀਨਾ ਇੱਕਾਂ ਦਾ ਅੰਗਰੇਜ਼ੀ ਮਹੀਨਾ ਤੇ ਅੱਧਾ ਦੂਜਾ ਮਹੀਨਾ ਆ ਜਾਂਦਾ ਹੈ ਜਿਵੇਂ ਚੇਤ ਮਹੀਨਾ ਚੇਤ ਮਹੀਨਾ ਬੱਚੋ ਸਾਡਾ ਸ਼ੁਰੂ ਹੁੰਦਾ ਹੈ ਮਾਰਚ ਤੇ ਅਪ੍ਰੈਲ ਅੱਧਾ ਮਾਰਚ ਅੱਧਾ ਅਪ੍ਰੈਲ हां विसाख ते ਕਿੱਦਾਂ ਸ਼ੁਰੂ ਹੋਏਗਾ ਬੱਚਿਓ ਅਪ੍ਰੈਲ ਮਈ ਜੇਠ ਜੇਠ ਹੋਏਗਾ ਬੱਚਿਓ ਮਈ ਜੂਨ ਅੱਧਾ ਮਈ ਮਹੀਨਾ ਅੱਧਾ ਜੂਨ ਮਹੀਨਾ ਹਾੜ ਹਾੜ ਬੱਚਿਓ ਜੂਨ ਜੁਲਾਈ ਸਾਵਣ ਸਾਵਣ ਮਹੀਨਾ ਹੈ ਜੁਲਾਈ ਅਗਸਤ ਪਾਦੋਂ ਪਾਦੋਂ ਹੈ ਬੱਚਿਓ ਅਗਸਤ ਸਤੰਬਰ ਅੱਸੂ ਅੱਸੂ ਹੈ ਬੱਚਿਓ ਸਤੰਬਰ ਅਕਤੂਬਰ ਕਤਕ ਕਤਕ ਬੱਚਿਓ ਅਕਤੂਬਰ ਨਵੰਬਰ ਮਗਰ ਮਗਰ ਹੈ ਬੱਚਿਓ ਨਵੰਬਰ ਦਸੰਬਰ ਪੋ ਪੋ ਬੱਚਿਓ ਦਸੰਬਰ ਜਨਵਰੀ ਬਹੁਤ ਜ਼ਿਆਦਾ ਪਾਲਾ ਹੁੰਦਾ ਇਸ ਮਹੀਨੇ ਠੰਡ ਹੁੰਦੀ ਹੈ ਬਹੁਤ ਜ਼ਿਆਦਾ ਮਾਗ ਮਾਗ ਬੱਚਿਓ ਜਨਵਰੀ ਫਰਵਰੀ ਤੇ ਫਗਣ ਫਗਣ ਬੱਚਿਓ ਫਰਵਰੀ ਮਾਰਚ ਮਤਲਬ ਜਦ ਫਗਣ ਸਾਡਾ ਲਾਸਟ ਮਹੀਨਾ ਹੈ ਤੇ ਬੱਚਿਓ ਚੇਤ ਸਾਡਾ ਦੇਸੀ ਮਹੀਨਾ ਪਹਿਲਾ ਮਹੀਨਾ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰੋ ਬੱਚਿਓ ਅਗਲਾ ਹੈ ਬੱਚਿਓ ਹੇਠ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਸਾਹਮਣੇ ਟਿੱਕ ਦਾ ਨਿਸ਼ਾਨ ਲਾਉਣਾ ਹੈ ਆ ਬੱਦਲ ਬੱਦਲ ਤਿੰਨ ਵਾਰ ਲਿਖਿਆ ਹੈ ਦੋ ਵਿੱਚੋਂ ਗਲਤ ਹੈ ਇੱਕ ਸਹੀ ਹੈ ਕਿਹੜਾ ਸਹੀ ਹੈ ਬੱਚਿਓ ਆ ਬੱਦਲ ਆ ਵਾਲਾ ਸਹੀ ਹੈ ਬੱਦਲ ਅੱਗੇ ਬੱਚਿਓ ਅੰਮ ਅੰਬ ਅੰਬ ਸਹੀ ਕਿਹੜਾ ਹੈਗਾ ਆ ਵਾਲਾ ਸਹੀ ਹੈ ਅੰਬ ਨਜ਼ਾਰੇ ਨਜ਼ਾਰੇ ਨਿਜਾਰੇ ਤਿੰਨਾਂ ਵਿੱਚੋਂ ਕਿਹੜਾ ਸਹੀ ਹੈ ਆਹ ਵਾਲਾ ਸਹੀ ਹੈ ਫਗਣ ਫਗਣ ਤਿੰਨ ਵਾਰ ਲਿਖਿਆ ਹੋਇਆ ਚ ਕਿਹੜਾ ਸਹੀ ਹੈ ਆਹ ਵਾਲਾ ਸਹੀ ਹੈ ਤੇ ਬੱਚਿਓ ਆ ਸੀ ਸਾਡੀ ਕਵਿਤਾ 12 ਮਹਾ ਚੰਗੀ ਤਰ੍ਹਾਂ ਯਾਦ ਕਰੋ ਬੱਚੇਨੋ ਥੈਂਕਸ ਫੋਰ ਵਾਚਿੰਗ